फ्रेंड गुड मॉर्निंग नमस्कार सत श्री अकाल दोस्तों मैं रणधीर सिंह अज साडे स्टूडियो दे विच मिस्टर राज भाजी आए ने साडे इह मरिंडा तो बिलोंग करदे आ ते इन्हां दा बड़ा वधिया काम हैगा ब्याह शूट करना ते जिवें किसी ने गाना शूट करवाउणा तां बड़ा वधिया काम करके दिंदे ने इह ते चलो पुछदे इन्हां नूं इन्हां दा कित्थे स्टूडियो हैगा। हां जी भाजी दसो जी सत श्री अकाल मेरा हैगा जी कॉलेज रोड मरिंडा जी जी ਉੱਥੇ ਰਾਜ ਸਟੂਡੀਓ ਦੇ ਨਾਂ ਤੇ ਆਪਣੀ ਸ਼ਾਪ ਹੈ ਜੀ। ਠੀਕ ਹੈ ਹੋ ਗਏ ਜੀ 20-22 ਸਾਲ ਹੋ ਗਏ ਸ਼ਾਪ ਨੂੰ। ਹਾਂਜੀ ਠੀਕ ਹੈ ਕੰਮ ਕਰਦੇ ਨੂੰ ਇੱਥੇ ਬਿਲਡ ਜੀ। ਠੀਕ ਹੈ ਤੇ ਯੂਟਿਊਬ ਤੇ ਆਪਣਾ ਚੈਨਲ ਬਣਿਆ ਬਾਜੀ ਰਾਜ ਸਟੂਡੀਓ ਮਰਿੰਡਾ। ਹਾਂ ਮੈਂ ਰਾਜ ਸਟੂਡੀਓ ਤੇ ਦੇਖ ਰਿਹਾ ਇਹ ਤੁਹਾਡੇ ਵੀਡੀਓ ਬੜੇ ਵਧੀਆ ਬਣਾ ਕੇ ਪਾਏ ਹਨ। ਹਾਂਜੀ ਹਾਂ ਤੇ ਮੈਂ ਦੇਖਿਆ ਕਿ ਤੁਸੀਂ ਮਤਲਬ ਜਿਸ ਤਰ੍ਹਾਂ ਦੇ ਸਿੰਗਰ ਨੇ ਗਾਣਾ ਪਾਇਆ ਹੋਵੇ ਤੇ ਉਦਾਂ ਤੁਸੀਂ ਪ੍ਰੀ ਵੈਡਿੰਗ ਦਾ ਵੀ ਸ਼ੂਟ ਕਰਕੇ ਪਾਉਂਦੇ ਹੋ मतलब एक लोकल मरिंडे दे साइड ते काम करदे आ जां तुहानूं लुधियाणे वाले बुलांदे आ जां तुहानूं खन्ने वाले बुलांदे आ ऑलमोस्ट असीं ऑटो पे एरिया रहिंदे आ जी ज्यादा साडे मतलब केड़ा केड़ा एरिया ज्यादा कवर करदे आ जिवें चंडीगढ़ हो गया चंडीगढ़ ज्यादा करदे आ जी। ठीक है जिथे भी कॉल आंदी है जी जांदे आ जिथे भी कॉल आंदी आ। हां जी ते तुहाडा मतलब फैसिलिटी की है मतलब मैं जो तुसीं मैनूं हुणे असीं पहलां डिस्कस करदे पए सीगे अरेंजमेंट हैगा ਉਹ 4K वीडियो तक ਦੀ ਵੀ ਇਹਨਾਂ ਕੋਲ ਫੈਸਿਲਿਟੀ ਹੈਗੀ ਹੈ ਕਿ ਜੋ ਇਹ ਕੋਈ ਵੀ ਭੈਣ ਭਰਾ ਜਿਹੜਾ ਹੈਗਾ ਆਪਣੇ ਘਰ ਦੇ ਵਿੱਚ ਕੋਈ ਫੰਕਸ਼ਨ ਹੈ ਕੋਈ ਕਿਟੀ ਪਾਰਟੀ ਹੈ ਜੇ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਮੈਂ ਸੁਜੈਸਟ ਕਰਦਾ ਕਿ ਰਾਜ ਸਟੂਡੀਓ ਇਜ਼ ਦਾ ਬੈਸਟ ਚੁਆਇਸ ਸੋ ਇਹਨਾਂ ਨੂੰ ਮੌਕਾ ਦਿਓ ਕੰਮ ਕਰਨ ਦਾ ਤੇ ਹਾਂਜੀ ਰਾਜ ਭਾਜੀ ਤੁਸੀਂ ਕੋਈ ਦੱਸਣਾ ਚਾਹੋਗੇ ਕਿ ਤੁਸੀਂ ਕਿੱਦਾਂ ਮਤਲਬ ਆਰਡਰ ਕਿੱਦਾਂ ਬੁੱਕ ਕਰਦੇ ਹੋ ਜਾਂ ਵਟ ਐਵਰ ਸਾਡੇ ਅਸੀਂ ਪੈਕੇਜ ਬਣਾਏ ਹੋਏ ਆ ਜੀ ਜਿੱਦਾਂ ਕਿ ਸਾਡੇ ਨਾਲ ਕਸਟਮਰ ਦੀ ਡੀਲ ਹੁੰਦੀ ਹੈ ਜੀ ਅਸੀਂ ਉਹਨਾਂ ਨੂੰ ਉਦਾਂ ਦਾ ਹੀ ਮਤਲਬ ਇੱਕ ਪੈਕੇਜ ਦੀ ਗੱਲ ਕਰਦੇ ਹਾਂ ਕੋਈ ਇੱਕ ਛੋਟਾ ਜਿਹਾ ਪੈਕੇਜ ਬਾਰੇ ਚਾਨਣਾ ਪਾਓ ਕਿ ਪੈਕੇਜ ਕਿਸ ਤਰ੍ਹਾਂ ਦਾ ਪੈਕੇਜ ਹੁੰਦਾ ਤੇ ਤੇ ਉਹਦਾ ਪੈਕੇਜ ਦੇ ਵਿੱਚ ਤੁਸੀਂ ਕੀ ਪੁੱਛਦੇ ਹੋ ਵੀ ਬੇਸਿਕ ਮਤਲਬ ਕਿਸ ਤਰ੍ਹਾਂ ਡਿਸਾਈਡ ਕਰਦੇ ਹੋ ਕਿ ਇੱਕ ਪੈਕੇਜ ਬਣ ਗਿਆ। ਅਸੀਂ ਹੁਣ ਇਸ ਸੀਜ਼ਨ ਜੀ 4K ਵੀ ਜੀ ਕੀਤਾ ਹੈ ਜੀ। ਠੀਕ ਹੈ ਤੇ ਪੈਕੇਜ ਸਾਡੇ ਅਲੱਗ ਅਲੱਗ ਹੈ ਜੀ 4-5 ਤਰ੍ਹਾਂ ਦੇ ਪੈਕੇਜ ਹੈ ਜੀ। ਠੀਕ ਹੈ ਜਿਸ ਤਰ੍ਹਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਜੀ। ਠੀਕ ਹੈ ਮਤਲਬ ਕਿੱਥੋਂ ਤੋਂ ਸ਼ੁਰੂ ਹੋ ਜਾਂਦਾ ਪੈਕੇਜ ਆਪਣਾ ਜੇ ਆਪਾਂ ਇੱਕ ਵਿਆਹ ਦੀ 2 ਦਿਨ ਦੇ ਵਿਆਹ ਦੀ ਚੰਗੀ ਫੰਕਸ਼ਨ ਹੈ ਘਰ ਦੇ ਵਿੱਚ ਵੀ ਫੰਕਸ਼ਨ ਹੈ ਤੇ ਫਿਰ ਆਪਾਂ ਜਿੱਦਾਂ ਮੈਰਿਜ ਪੈਲੇਸ ਦੇ ਵਿੱਚ ਵੀ ਚਲੇ ਗਏ ਹਨਾ ਤੇ ਉਹਦੇ ਲਈ 2 ਦਿਨ ਦਾ ਫੰਕਸ਼ਨ ਜੇ ਤੁਸੀਂ ਕਵਰ ਕਰਦੇ ਆ ਤਾਂ ਮਿਨੀਮਮ ਕਿੰਨਾ ਕੁ ਮਤਲਬ ਬਣ ਜਾਂਦਾ ਪੈਕੇਜ ਬਣ ਜਾਂਦਾ 55,000 ਤੋਂ ਸਟਾਰਟ ਕਰਦੇ ਆ ਜੀ। ਠੀਕ ਹੈ ਮਤਲਬ ਆਲਮੋਸਟ 50-55,000 ਤੋਂ ਸ਼ੁਰੂ ਹੁੰਦਾ ਹੈਗਾ। ਹਾਂਜੀ ਤੇ ਬਾਕੀ ਜੇ ਡਰੋਨ ਪੈਕੇਜ ਜੋ ਡਰੋਨ ਨਾਲ ਵੀਡੀਓ ਬਣਾਉਣਾ ਜਾਂ ਦੇਖਿਆ ਅੱਜ ਕੱਲ੍ਹ ਅਸੀਂ ਬੜਾ ਡਰੋਨ ਦੇ ਨਾਲ ਵੀਡੀਓ ਬਣ ਲੈਂਦੇ ਤਾਂ ਉਹ ਕਵਰੇਜ ਹੈਗੀ ਹੈ ਰਾਜ ਨੀ ਕਰਦੇ ਗਾਹਕ ਨੂੰ ਨਾਰਾਜ਼ ਨਹੀਂ ਵਧੀਆ ਕਰਕੇ ਦੇਖੋ ਕਸਟਮਰ ਜੇ ਖੁਸ਼ ਹੋਊਗਾ ਤਾਂ ਹੀ ਤੁਹਾਡੇ ਕੋਲ ਰਿਕਮੈਂਡ ਕਰੇਗਾ। ਅੱਗੇ ਤੋਂ ਅੱਗੇ ਸਾਡੀ ਜੀ ਚੈਨ ਚੱਲਦੀ ਜਾ ਰਹੀ ਹੈ ਜਿਨ੍ਹਾਂ ਤੇ ਅਸੀਂ ਕੰਮ ਕਰਕੇ ਆਉਂਦੇ ਅੱਗੇ ਤੋਂ ਅੱਗੇ ਠੀਕ ਹੈ ਜੁੜਦੇ ਨਾਲ ਸਾਡੇ ਨਾਲ YouTube ਦੇ ਉੱਤੇ ਤੁਹਾਡੇ ਨਾਲ ਕਿੰਨੇ ਕੁ ਜੁੜ ਗਏ ਆ ਟੀਮ ਮੇਰੇ ਨਾਲ ਕਾਫੀ ਹੈ ਜੀ ਕਾਫੀ ਹੈ ਠੀਕ ਹੈ ਤੇ ਮੈਨੂੰ YouTube ਤੋਂ ਵੀ ਕਾਫੀ ਰਿਸਪੌਂਸ ਮਿਲਦਾ ਹੈ ਜੀ ਉਹ ਮੇਰੇ ਨੂੰ ਫੋਨ ਆਉਂਦੇ ਆ ਉੱਥੋਂ ਫੋਨ ਆਉਂਦੇ ਆ ਤੁਹਾਡਾ ਕੰਮ ਵੀ ਕਰਦੇ ਹਾਂ ਜੀ ਹਾਂ ਕਹਿੰਦੇ ਹੁੰਦੇ ਸਾਡਾ ਕੰਮ ਬੋਲਦਾ ਹਨ ਜਿੱਦਾਂ ਪਾਰਟੀ ਕਹਿ ਰਹੀ ਹੈ ਕਿ ਸਾਡਾ ਕੰਮ ਬੋਲਦਾ ਹਨ ਤੇ ਰਾਜ ਭਾਜੀ ਤੁਹਾਡਾ ਕੰਮ ਬੋਲਦਾ ਹੈਗਾ ਮੈਂ ਵੀ ਤੁਹਾਡਾ ਬੜਾ ਫੈਨ ਆ ਮੈਂ ਤੁਹਾਡਾ ਚੈਨਲ ਸਬਸਕ੍ਰਾਈਬ ਕੀਤਾ ਹੈ ਤੇ ਬੜਾ ਦਿਲ ਲਾ ਕੇ ਕੰਮ ਕਰਦੇ ਹੋ ਤੁਸੀਂ ਹਾਂਜੀ ਹਾਂ ਬਹੁਤ ਵਧੀਆ ਜੀ ਤੁਸੀਂ YouTube ਤੇ ਬੰਦੇ ਨੇ ਕਾਮਯਾਬ ਤਾਂ ਹੀ ਹੋਣਾ ਜੇ ਆਪਾਂ ਵਧੀਆ ਕੰਮ ਕਰਾਂਗੇ ਕਸਟਮਰ ਨੂੰ ਵਧੀਆ ਕੰਮ ਕਰਕੇ ਦਵਾਂਗੇ। ਹਾਂਜੀ
ਸੋ ਬਸ ਇਦਾਂ ਹੀ ਕੰਮ ਕਰਦੇ ਰਹੋ ਤੇ ਚੱਕੀ ਜਾਓ ਫੱਟੇ। ਹਾਂਜੀ ਹਾਂ, ਤੇ ਕੁਛ ਕਹਿਣਾ ਚਾਹੋਗੇ ਤੁਸੀਂ? ਸਾਡੇ ਨਾ 4-5 ਪੈਕੇਜ ਚੱਲ ਰਹੇ ਆ ਜੀ। ਠੀਕ ਹੈ, ਜੋ ਵੀ 55,000 ਕਰਦੇ ਆ ਜੀ। ਠੀਕ ਹੈ, 2.5-2 ਲੱਖ ਤੱਕ ਹੈ। 2.5-2 ਲੱਖ ਜਿੱਦਾਂ ਦੀ ਵੀ ਰਿਕੁਆਇਰਮੈਂਟ ਆਉਂਦੀ ਹੈ ਜੀ, ਅਸੀਂ ਕਰਕੇ ਦਿੰਦੇ ਹਾਂ। ਕੋਈ ਇੱਦਾਂ ਦੀ ਹੈ ਨੀ ਵੀ ਅਸੀਂ ਛੋਟਾ ਕਰਦੇ ਆ ਜਾਂ ਬੜਾ ਕਰਦੇ ਆ, ਇਹ ਰਿਕੁਆਇਰਮੈਂਟ ਹੈ ਜੀ। ਅਸੀਂ ਬਜਟ ਦਿੰਦੇ ਆ, ਜੋ ਵੀ ਕਸਟਮਰ ਨੂੰ ਬਿਲਕੁਲ ਸੈਟਿਸਫਾਈ ਹੁੰਦਾ ਜੀ, ਅਸੀਂ ਉਹਦੇ ਲਿਹਾਜ਼ ਦੇ ਵਿੱਚ ਕਰਕੇ ਦਿੰਦੇ। ਵੀ ਇਹ ਨਾ ਹੋਵੇ ਵੀ ਉਹ ਹਾਂਜੀ ਸਾਨੂੰ ਪ੍ਰੋਬਲਮ ਆਵੇ ਕੋਈ। ਦੇਖੋ ਜੇ ਐਕਚੁਲੀ ਕੀ ਹੈ, ਜੇ ਤੁਸੀਂ ਵਧੀਆ ਕੰਮ ਕਰਦੇ ਆ ਫਿਰ ਪ੍ਰੋਬਲਮ ਦੀ ਜਿਹੜੀ ਚੀਜ਼ ਹੈਗੀ ਆ ਤਾਂ ਉਹ ਕਦੇ ਆ ਹੀ ਨਹੀਂ ਸਕਦੀ। ਹਾਂਜੀ ਹਾਂ, ਮਤਲਬ ਜੇ ਕੰਮ ਤੁਹਾਡਾ ਵਧੀਆ ਹੈਗਾ ਤਾਂ ਫਿਰ ਪੈਸਾ ਮੈਟਰ ਨਹੀਂ ਕਰਦਾ, ਕਿਉਂਕਿ ਵਿਆਹ ਬੰਦੇ ਦਾ ਵਾਰ ਵਾਰ ਥੋੜ੍ਹੀ ਹੁੰਦਾ ਹੈ ਕਿਸੇ ਦੀ ਕਰੇ, ਹੈ ਨਾ। ਵਿਆਹ ਤਾਂ ਇੱਕ ਵਾਰ ਕਰਨਾ ਬੰਦੇ ਨੇ, ਅਗਲਾ ਕਹਿੰਦਾ ਯਾਰ ਮੇਰਾ ਵਿਆਹ ਦੀ ਮੈਮਰੀ ਜਿਹੜੀ ਹੈਗੀ ਆ ਤੁਸੀਂ ਵਧੀਆ ਢੰਗ ਨਾਲ, ਮੈਂ ਦੇਖਿਆ ਤੁਹਾਡਾ ਕੰਮ ਬੜਾ ਵਧੀਆ ਹੈਗਾ, ਤੁਸੀਂ ਕੰਮ ਕਰਕੇ ਦਈਦਾ ਜੀ। ਕੋਈ ਇੱਦਾਂ ਨਹੀਂ ਹੈ ਵੀ ਅਸੀਂ ਵਿੱਚ ਤੇ ਕੁਛ ਦੱਸਿਆ ਕੁਛ ਕਰ ਪੁੱਛਦੇ ਆ, ਏਦਾਂ ਦਾ ਕੁਛ ਨਹੀਂ ਹੈਗਾ ਜੀ, ਐਨ ਸਾਫ ਸੁਥਰਾ ਕੰਮ ਕਰਕੇ ਦਈਦਾ। ਠੀਕ ਹੈ, ਤੇ ਆਪਣਾ ਤੁਸੀਂ ਨੰਬਰ ਬੋਲ ਦਿਓ ਆਪਣੇ। 9988551 3165 ਜੀ, ਰਾਜ ਸਟੂਡੀਓ ਬਠਿੰਡਾ। ਸੋ ਮੇਰੇ ਵੱਲੋਂ ਸਾਰਿਆਂ ਨੂੰ ਇਹੀ ਹੈ ਕਿ ਜੇ ਕਿਸੇ ਦੇ ਘਰੇ ਜਾਂ ਕਿਸੇ ਦੇ ਰਿਲੇਟਿਵ ਦੇ ਵੀ ਜੇ ਕਿਸੇ ਦੇ ਫੰਕਸ਼ਨ ਹੈਗਾ ਤਾਂ ਰਾਜ ਸਟੂਡੀਓ ਨੂੰ ਤੁਸੀਂ ਜ਼ਰੂਰ ਕਾਲ ਕਰਨਾ, ਤੇ ਮੇਰੇ ਵੱਲੋਂ ਇਹ ਰਿਕਮੈਂਡਡ ਹੈਗਾ। ਸੋ ਥੈਂਕ ਯੂ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਓਕੇ, ਥੈਂਕ ਯੂ।